चैनल वाई, चैनल वाई, अ साउथ एशियन कैनेडियन चैनल। आम आदमी पार्टी वालों जारी की गई लोकसभा उम्मीदवारों की लिस्ट तो बाद पंजाब कांग्रेस के प्रधान राजा वड़िंग का बयान सामने आया है। उन्होंने कहा है कि अज आम आदमी पार्टी के कोल आम लोग नहीं रहे हैं जिन्हां उत्ते लोग विश्वास करन। यही कारण है कि उन्होंने अपने पंज वजीरां नूं चोण मैदान दे विच उतारना पिया। ਸੀ ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ। ਕੋਈ ਐਸਾ ਵੀ ਸਮੇਂ ਹੁੰਦਾ ਸੀ ਕਿ ਇੱਕ ਬਾਕਸ ਲਾਇਆ ਜਾਂਦਾ ਸੀ ਤੇ ਉੱਥੋਂ ਦੇ ਲੋਕਾਂ ਦਾ ਓਪੀਨੀਅਨ ਲਿਆ ਜਾਂਦਾ ਸੀ। ਔਰ ਅੱਜ ਕੀ ਹੋਇਆ ਕਿ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਗੱਲ ਤੋਂ ਇਹ ਗੱਲ ਤੈਅ ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪਦੇ 5 ਮੰਤਰੀ ਉਤਾਰਨੇ ਪਏ। ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ। 2 ਚਿਹਰੇ ਉਹ ਪੋਚਿੰਗ ਕਰਕੇ ਲੈ ਕੇ ਗਏ, ਯਾਨੀ ਕਿ ਰਿੰਕੂ ਜੀ ਨੂੰ ਜਲੰਧਰੋਂ ਲੜਾਇਆ ਗਿਆ, ਜੀਪੀ ਜੀ ਜਿਹੜੇ ਉਹਨਾਂ ਨੂੰ ਪੋਚ ਕੀਤਾ ਗਿਆ ਸਾਡੇ ਲੋਕਾਂ ਨੂੰ। ਕਹਿਣ ਦਾ ਮਤਲਬ ਇਹ ਹੈ ਕਿ 2 ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13-0 ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਔਰ ਉਹਨਾਂ ਹੀ ਚਿਹਰਿਆਂ ਨੂੰ ਲੜਾਇਆ ਗਿਆ। ਸੋ ਪਰ ਆਲ ਦਾ ਬੈਸਟ। ਮੈਨੂੰ ਲੱਗਦਾ ਕਿ ਇਹ ਜਲਦਬਾਜ਼ੀ ਚ ਲਿਆ ਗਿਆ ਡਿਸੀਜਨ। ਜਿਹੜੇ ਤਮਾਮ ਸਰਵੇ ਤੇ ਵੋਟ ਪਰਸੈਂਟੇਜ ਜਿਹੜੀ ਆਈ ਇਹ ਉਹ ਜਲਦੀ ਚ ਲਿਆ ਗਿਆ ਡਿਸੀਜਨ ਹੈ। ਔਰ ਕਿੰਨੇ ਕੁ ਔਰ ਜਿਹੜੇ ਲੋਕ ਬਣਾਏ ਗਏ ਹੈ 2 ਸਾਲਾਂ ਚ ਬਹੁਤ ਸਾਰੀ ਐਂਟੀ ਇਨਕੰਬੈਂਸੀ ਵੀ ਆਏਗੀ। ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ, ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ। ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਜਿਹਦੇ ਤੋਂ ਲੋਕ ਹੈਰਾਨ ਔਰ ਪਰੇਸ਼ਾਨ ਹੋਣ ਔਰ ਲੋਕਾਂ ਨੂੰ ਲੱਗੇ ਕਿ ਐਸੇ ਚਿਹਰੇ ਦੇ ਦਿੱਤੇ ਗਏ ਨੇ ਜਿਹੜੇ ਚਿਹਰੇ ਲੋਕਾਂ ਨੂੰ ਪਸੰਦ ਆਉਣ। ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਇਹਦੇ ਵਿੱਚ ਪਰਸੈਪਸ਼ਨ ਜਿਹੜੀ ਵਿਚਾਰ ਬਣ ਰਹੇ ਆ ਲੋਕਾਂ ਦੇ ਔਰ ਜਿਹੜੀ ਗੱਲ ਸੱਚ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਸਨ। ਧਾਲੀਵਾਲ ਸਾਹਿਬ ਜਿਨ੍ਹਾਂ ਕੋਲੇ ਪੰਚਾਇਤੀ ਰਾਜ ਮੰਤਰੀ ਸਨ ਔਰ ਜਿਹੜੇ ਬਹੁਤ ਪਾਪੂਲਰ ਮੰਤਰੀ ਹੋ ਗਿਆ ਸੀਗਾ ਗੱਲਾਂ ਬਾਤਾਂ ਚ ਤੇ ਉਹਨਾਂ ਤੋਂ ਉਹਨਾਂ ਦਾ ਮਹਿਕਮਾ ਲੈ ਲਿਆ ਗਿਆ, NRI ਦਿੱਤਾ ਗਿਆ। ਐਵੇਂ ਤੁਹਾਡੇ ਸਾਹਮਣੇ ਮੀਥੇਰ ਸਾਹਿਬ ਜਿਨ੍ਹਾਂ ਕੋਲੇ ਮਹਿਕਮਾ ਸੀਗਾ ਮਾਈਨਿੰਗ ਦਾ ਤੇ ਹੋਰ ਵੱਡੇ ਮੰਤਰਾਲੇ ਸੀ। ਸੋ ਕਈ ਵਾਰ ਇਹ ਵੀ ਕਿਹਾ ਜਾ ਰਿਹਾ ਕਿ ਦਿੱਲੀ ਦੀ ਔਰ ਮਾਨ ਸਾਹਿਬ ਦੀ ਆਪਸ ਵਿੱਚ ਜਿਹੜੀ ਕਿ ਜਿਹੜੇ ਉਹਨਾਂ ਦੇ ਚਹੇਤੇ ਹੈ ਉਹਨਾਂ ਨੂੰ ਉਹ ਚਾਹੁੰਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਗ ਕਰ ਦਿੱਤਾ ਜਾਵੇ। ਸੋ ਇਹ ਕਈ ਗੱਲਾਂ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡਨਰੀ ਜਿਹੜੀ ਲਿਸਟ ਦਿੱਤੀ ਹੋਵੇ, ਕੋਈ ਐਸੀ ਗੱਲ ਕੀਤੀ ਹੋਵੇ। ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।